ਅੱਜ ਜਿਹੜੀ ਇੱਥੇ ਇਕੱਤਰਤਾ BLO ਦੀ ਹੋਈ ਆ ਉਹਦਾ ਮੁੱਖ ਮੁੱਦਾ ਇਹ ਹੈ ਕਿ ਚੋਣ ਅਫਸਰ ਰਾਮਪੁਰਾ ਫੂਰ ਵੱਲੋਂ 21 ਤਰੀਕ ਨੂੰ ਇੱਕ ਪੱਤਰ ਜਾਰੀ ਕਰਕੇ ਸਾਰਿਆਂ ਖਿਲਾਫ਼ ਕਾਰਵਾਈ ਕਰਨ ਦੀ ਧਮਕੀ ਦਿੱਤੀ ਆ ਕਿਉਂਕਿ ਜਿੰਨੇ ਵੀ ਇਸ ਏਰੀਏ ਦੇ ਯਾਨੀ ਕਿ 90 ਰਾਮਪੁਰਾ ਦੇ BLOs ਨੇ ਉਹਨਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੋ ਉਹਨਾਂ ਨੂੰ ਕੰਮ ਆਫਲਾਈਨ ਮਿਲਿਆ ਸੀਗਾ ਉਹ ਸਾਰੇ BLOs ਨੇ 31/12/2017 ਤੱਕ ਪੂਰਾ ਕਰਕੇ ਅਤੇ BLO ਰਜਿਸਟਰ ਦੇ ਵਿੱਚ ਵੇਰਵੇ ਦਰਜ ਕਰਕੇ ਉਹ ਸੁਪਰਵਾਈਜ਼ਰਾਂ ਰਾਹੀਂ ਚੋਣ ਅਫਸਰ ਨੂੰ ਭੇਜ ਦਿੱਤੇ ਸਨ ਪਰ ਹੁਣ ਦੁਬਾਰੇ ਨਵੀਆਂ ਹਦਾਇਤਾਂ ਅਨੁਸਾਰ ਜੋ ਕਿ ਡਾਟਾ ਆਪਰੇਟਰ ਦਾ ਕੰਮ ਹੈ ਔਨਲਾਈਨ ਐਪ ਉੱਪਰ ਕਰਨ ਦਾ ਉਹ ਮੁੜ BLO 'ਤੇ ਥੋਪਿਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਫਿਰ ਇੱਥੇ ਇਕੱਤਰਤਾ ਕੀਤੀ ਪਹਿਲਾਂ ਵੀ ਅਸੀਂ SDM ਫੂਲ ਨੂੰ ਮੰਗ ਪੱਤਰ ਭੇਜ ਚੁੱਕੇ ਹਾਂ ਉਸ ਤੋਂ ਇਲਾਵਾ DC ਫੂਲ ਨੂੰ ਵੀ ਇਸ ਪ੍ਰਤੀ ਮੰਗ ਪੱਤਰ ਭੇਜ ਚੁੱਕੇ ਹਾਂ ਕਿ ਜਿਹੜਾ ਹੁਣ ਦਾ ਸਮਾਂ ਜਿਸ ਸਮੇਂ ਦੇ ਵਿੱਚ ਵੱਖ ਵੱਖ ਮੁਲਾਜ਼ਮ ਵੱਖ ਵੱਖ ਹਨ ਉਸ ਜਿਹੜਾ ਸਮਾਂ ਉਸ ਦੇ ਵਿੱਚ ਜਿਹੜਾ ਹੈ ਪੀਕ 'ਤੇ ਹੈ ਜਿਵੇਂ ਸਿੱਖਿਆ ਮਹਿਕਮੇ ਦੀ ਗੱਲ ਕਰੀਏ ਤਾਂ ਸਿੱਖਿਆ ਮਹਿਕਮੇ ਦੇ ਵਿੱਚ ਪੇਪਰ ਲੈ ਜਾ ਰਹੇ ਨੇ 2 ਮਾਰਚ ਤੋਂ 10ਵੀਂ ਦੇ 12ਵੀਂ ਦੇ ਉਸ ਤੋਂ ਇਲਾਵਾ 7ਵੀਂ 8ਵੀਂ 9ਵੀਂ ਦਾ ਸਮਾਂ ਹੈ ਪ੍ਰਾਇਮਰੀ ਦੇ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਜਾਣੀ ਕਿ ਟੈਸਟਿੰਗ ਸ਼ੁਰੂ ਹੈ ਉਸ ਤੋਂ ਇਲਾਵਾ 5ਵੀਂ ਕਲਾਸ ਦੇ ਪੇਪਰ ਹਨ ਜਿਹੜਾ ਇਹ ਸਮਾਂ ਹੈ ਬਹੁਤ ਕੀਮਤੀ ਹੈ ਤਾਂ ਜੇਕਰ BLO ਨੂੰ ਧੱਕੇਸ਼ਾਹੀ ਕਰਕੇ ਉਹਨਾਂ ਦਾ ਜਬਰੀ ਇਹ ਕੰਮ ਕਰਵਾਇਆ ਜਾਊਗਾ ਤਾਂ ਜਿਹੜੇ ਵਿਦਿਆਰਥੀਆਂ ਦੇ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਅਸੀਂ ਵਾਰ ਵਾਰ ਇਹੀ ਮੰਗ ਕਰ ਰਹੇ ਹਾਂ ਕਿ ਇਸ ਸਥਿਤੀ ਨੂੰ ਬਚਿਆ ਜਾਵੇ ਕਿਉਂਕਿ ਜਿਹੜਾ ਇਹ ਕੰਮ ਹੈ BLO ਰਜਿਸਟਰ ਦਾ ਔਨਲਾਈਨ ਇਹ ਡੇਟਾ ਆਪਰੇਟਰ ਦਾ ਹੈ ਡਾਟਾ ਮਾਹਰ ਦਾ ਹੈ ਤਾਂ ਉਸਦੇ ਲਈ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦਾ ਤੋਂ ਕਰਵਾਇਆ ਜਾਵੇ ਨਾਲੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਅਤੇ ਨਾਲੇ ਸਰਕਾਰ ਦਾ ਜਿਹੜਾ ਇਹ ਕੰਮ ਆ ਇੱਕ ਮਾਹਰ ਦੁਆਰਾ ਕਰਕੇ ਛੇਤੀ ਨਿਪੜੇ ਚਲਾ ਜਾਊਗਾ।